बिस्मिल्लाहिर्रहमानुर्रहीम अस्सलाम वालेकुम व्यूअर्स, आज की वीडियो गोट फार्मिंग पे और स्पेशली जो मक्खी चीनी है इस पे हम बात करेंगे और वो भी सियालकोटी। और ये भाई ने, इन भाइयों ने इस ब्रीड पे खुद अपने घर की ब्रीड तैयार की है, बेहतरीन ब्रीड है, हमें बहुत अच्छी लगी। और ये सारी इन्फॉर्मेशन इंशाल्लाह इसके रिलेटेड आपके साथ शेयर की जाएगी। वीडियो को आप लास्ट तक ज़रूर देखिएगा, इंशाल्लाह ज़रूर फ़ायदा होगा। तो चलें आज की वीडियो शुरू करते हैं। अस्सलाम वालेकुम जी। वालेकुम सलाम जी। सर सुनाओ, क्या हाल है? ठीक ठाक हो? शुक्र है। तो सर सानू अपना जो कि अपना नाम दस दौ, अपना तारफ करा दौ, इलाका कह रहा पिंड कह रहा जिला और तहसील भी दस दौ। सर जी यही असद शाह मेरा नाँ है, मेरा भाई वाले चौड़ी मोहम्मद असलम ना है, ठीक हो? खाना वाली पिंड है साडा, थाना साडा फलोड़ा है, जिला सियालकोट, तहसील पसरूर। 40 साल हो गए ना मेरे पकने चार दे। ठीक हो गया। ते सर हुन ए दसो तुम कितनी देर बकरियां चारदे हो गए? भाजी ए ते जून जमिया बकरियां पीछे लगा रिया। ठीक है, बचपन बचपन ते करदे आंदे पिया काम। ते 22 साल मेरी उम्र हो गई है, 12 साल मनु हो गई। जे तुसा काम शुरू कीता सी उदो तुहाडे कोल किन्ने जानवर सन? या तुहाडे बाल साहब कोल तुहाडे कोल किन्ने जानवर? उदो साए देखो हन 25 बकरियां, ते साडे कहां उदो 18-20 बकरियां। ठीक है, तुसा माशाल्लाह बकरियां हुन भी ठीक ने, ज्यादा ही नहीं है, कम नहीं है। भाजी तुसी करदे हो बकरियां दे सब कुछ, बकरियां दी पैसे दी जगह ले। ठीक है, ते ਤੁਸੀਂ ਮਾਸ਼ਾਅੱਲਾ ਕਾਫੀ ਕਮਾਇਆ ਵੀ ਹੈ, ਤੁਹਾਡੇ ਕੋਲ ਤੁਸੀਂ ਪਹਿਲੇ ਦੁੱਧ ਵੀ ਵੇਚਦੇ ਰਹੇ ਸੋ, ਜੀ ਤੁਹਾਡੇ ਕੋਲ ਪਹਿਲੇ ਸਿਆਲਕੋਟੀ ਅੱਛੀ ਬਰੀਡ ਸੀ ਬੀਤਲ ਤੇ, ਸਿਆਲਕੋਟੀ ਜਿਹਨੂੰ ਬੀਤਲ ਆਉਂਦੇ ਰਹੇ, ਸਿਆਲਕੋਟੀ ਬੀਤਲ। ਠੀਕ ਹੈ, ਪੂਰੇ ਇਲਾਕੇ 'ਚ ਸਿਆਲਕੋਟ 'ਚ ਲੈ ਕੇ ਪੂਰਾ ਜਿਹੜਾ ਬਜਵਾਦ ਗੁਜਰਾਤ ਇਹੀ ਬੱਕਰੀਆਂ ਪਾਈ ਜਾਂਦੀਆਂ ਸਨ। ਤੇ ਤੁਸੀਂ ਕੀ ਆਂਦੇ? ਮੈਂ ਮਸ਼ਹੂਰ ਆ ਪੂਰੇ ਪਾਕਿਸਤਾਨ ਦੇ ਵਿੱਚ, ਮੇਰਾ ਮੁਹੰਮਦ ਅਸਲਮ ਬੱਕਰੀਆਂ ਵਾਲਾ ਕਰਦਾ, ਜਦੋਂ ਕਿੱਥੋਂ ਦਾ ਪਤਾ ਲੱਗੇ। ਠੀਕ ਹੈ, ਸਾਰਿਆਂ ਨੂੰ ਤੁਸੀਂ ਵੱਧ ਕਿਸੇ ਬੱਕਰੀਆਂ ਨਹੀਂ ਰੱਖੀ? ਠੀਕ ਹੈ, ਸਾਰਿਆਂ ਨੂੰ ਇਹ ਦੱਸੋ, ਸਾਰੇ ਝੂਠ ਬੱਕਰੀਆਂ ਵਾਲੇ ਮਾਰੀ ਜਾਂਦੇ ਨੂੰ ਇੱਧਰ ਆਇਆ, ਮਾਂ ਦਾ ਲਾਲ ਜਿਹੜੀ 6 ਕਿਲੋ ਅਤੇ 7 ਕਿਲੋ ਚੋਦ ਆਉਂਦਾ ਸਾਨੂੰ ਦੇ ਜੀਏ, ਉਹ ਇੱਧਰ ਸਾਡੇ ਸਾਹਮਣੇ ਆਏ। ਠੀਕ ਹੈ ਸਰ, ਸਾਨੂੰ ਇਹ ਦੱਸੋ ਸਿਆਲਕੋਟੀ ਬੀਤਲ ਇੱਕ ਟਾਈਮ ਦਾ ਦੁੱਧ ਕਿੰਨਾ ਦਿੰਦੀ? 3 ਕਿਲੋ ਦਿਹਾੜੀ ਦੀ 3 ਕਿਲੋ ਦੁੱਧ ਦਿੰਦੀ ਹੈ। ਉਹਦੀ ਚੰਗੀ ਸਾਂਭ ਕੀਤੀ ਜਾਵੇ, ਉਹਦੀ ਸ਼ਰਤ ਇਹ ਵੇ ਕਿ ਬੱਕਰੀ ਪਿਓਰ ਹੋਣੀ ਚਾਹੀਦੀ ਹੈ, ਪਿਓਰ ਹੋਣੀ ਚਾਹੀਦੀ ਹੈ, ਬੱਕਰੀ ਦੇ ਸਾਂਭੀ ਚੰਗੀ ਹੋਏ ਤੇ 3 ਕਿਲੋ ਹੱਦ 3 ਕਿਲੋ 3 ਕਿਲੋ ਦੁੱਧ ਦਿੰਦੀ ਹੈ। ਉਹ ਜਿਹੀ ਅਗਰ ਬੱਕਰੀਆਂ ਉਹੋ ਜਿਹੀਆਂ ਵੀ ਹੈ ਨੇ ਜਿਹਨੀਆਂ ਤਿਆਰੀਆਂ ਲਾਈ ਜਾਂਦੀਆਂ ਨੇ, ਜ਼ਿਆਦੀ ਹੋ ਜਾਂਦੀ ਬੱਕਰੀਆਂ ਨਾਲ, ਹੋ ਜਾਂਦੀਆਂ ਨੇ। ਠੀਕ ਹੈ, ਬੱਕਰੀਆਂ ਦੇ ਆ ਜਾਂਦੀਆਂ, ਖਾਣਵਾਨਿਆਂ ਨੂੰ ਦੁੱਧ ਮਾਲ ਦੁੱਧ ਵੀ ਚਾੜਦੇ ਨੇ, ਫਿਰ ਉਹੋ ਜਿਹੀਆਂ ਖੁਰਾਕਾਂ ਵੀ ਦਿੰਦੇ ਜਿਹਨਾਂ ਬੱਕਰੀ ਵੀ ਮੌਤ ਹੋ ਜਾਂਦੀ ਹੈ, ਬੱਕਰੀ ਮਾਰੀ ਜਾਂਦੀ ਕਰਦੇ ਨੇ, ਜ਼ੁਲਮ ਕਰਦੇ ਨੇ। ਠੀਕ ਹੈ ਸਰ, ਸਾਨੂੰ ਤੁਸੀਂ ਇਹ ਦੱਸੋ ਅਗਰ ਕੋਈ ਨਵਾਂ ਬੰਦਾ ਇਸ ਕੰਮ ਨੂੰ ਸ਼ੁਰੂ ਕਰਨਾ ਚਾਹੁੰਦਾ ਉਹ ਕਿੰਨੀਆਂ ਬੱਕਰੀਆਂ ਤੋਂ ਕੰਮ ਸ਼ੁਰੂ ਕਰੇ? ਭਾਜੀ ਉਹ 10 ਬੱਕਰੀਆਂ ਲੈ ਤੇ ਸਿਆਲ ਨਿਕਲਦੇ ਆ ਫੌੜਨ ਬੱਕਰੀਆਂ ਲਈ ਲੈ, ਸਿਆਲ ਨਿਕਲ ਜਾਂਦੇ। ਮਕਸਦ ਇਹ ਕਿ ਜਦੋਂ ਸਿਆਲ ਮਾਰਚ ਵਿੱਚ ਲੈ ਲਿਆ, ਤੀਜਾ ਮਹੀਨਾ ਆ ਗਿਆ, ਆਹੋ ਦੂਸਰੇ ਚ ਲੈ ਲੈਣ, ਦੂਸਰੇ ਤੀਜੇ ਮਹੀਨੇ ਲੈ ਲੈ, ਇਸ ਮੌਸਮ ਚ ਲੈ ਲੈ ਬੱਕਰੀਆਂ। ਤੇ ਤੁਹਾਡੇ ਕੀ ਮਕਸਦ ਕਹਿਣ ਦਾ? ਸਾਨੂੰ ਇਹ ਵੀ ਦੱਸੋ ਕਿ ਬੱਕਰੀਆਂ ਉਹ ਗੱਬਨ ਲੈਵੇ ਕਿ ਪੱਠਾਂ ਲੈਵੇ ਕਿ ਆਪਣੇ ਘਰ ਆ ਕੇ ਬਣਾਵੇ? ਉਹ ਭਾਜੀ ਬੱਕਰੀਆਂ ਭਾਵੇਂ ਗੱਬਾਂ ਲੈ ਲਿਆ ਜਿੰਝ ਦੀਆਂ ਮਰਜ਼ੀ, ਜੇ ਤੇ ਉਹ ਸਾਂਭ ਸਕਦਾ ਤੇ ਠੀਕ ਹੈ, ਜੇ ਨਹੀਂ ਸਾਂਭ ਸਕਦਾ ਤੇ ਪੱਠਾਂ ਲੈ। ਠੀਕ ਹੈ, ਤੁਹਾਡੇ ਕਹਿਣ ਮਤਲਬ ਇਹ ਵੀ ਹੈ ਕਿ ਅਗਰ ਉਹ ਗੱਬਨ ਬੱਕਰੀਆਂ ਲੈਂਦਾ ਵੇ ਉਹ ਉਸ ਬੰਦੇ ਕੋਲ ਲੈ ਹੋ ਜਿਹਦੇ ਕੋਲ ਲੇਲਾ ਵੀ ਚੰਗਾ ਹੋਵੇ, ਲੇਲਾ ਵੀ ਚੰਗਾ ਹੋਏ, ਬੱਕਰੀਆਂ ਵੀ ਚੰਗੀਆਂ ਹੋਣ ਤੇ ਅੱਗੂ ਜਿਹੜਾ ਨਾ ਉਹ ਸਾਂਭ ਸਕਦਾ ਤੇ ਫੇਰ ਲੈ, ਜੇ ਸਾਂਭ ਨਹੀਂ ਨਾ ਸਕਦਾ ਤੇ ਉਹ ਨਾ ਲੈ। ਠੀਕ ਹੈ, ਤੁਸੀਂ ਦੱਸੋ ਕਿ ਕੋਈ ਵੀ ਪਾਠੇ ਕਿ ਵੀ ਬੀਤਲ ਬੀਤਲ ਸਾਰੀਆਂ ਬੱਕਰੀਆਂ ਬੀਤਲ ਹੀ ਨੇ, ਇਹਨਾਂ 'ਚ ਰੰਗ ਦੇ ਹਿਸਾਬ ਨਾਲ ਕੱਕੀ ਬੀਤਲ ਆ ਗਈ, ਮੱਖੀ ਚੀਨੀ ਬੀਤਲ, ਸਿਆਲਕੋਟੀ ਬੀਤਲ, ਨਾਗਰੀ ਬੀਤਲ, ਅੰਮ੍ਰਿਤਸਰੀ ਬਲੈਕ ਬੀਤਲ, ਤੁਸੀਂ ਸਾਨੂੰ ਇਹ ਦੱਸੋ ਕਿ ਇੱਕ ਬੱਕਰੀ ਜਵਾਨ ਕਿੰਨੀ ਦੇਰ 'ਚ ਹੋ ਜਾਂਦੀ ਹੈ? ਭਾਅ ਜੀ ਸਹੀ ਸਮਝੀ ਹੋਏ ਤਾਂ ਸਾਲ ਪੂਰੇ 'ਚ ਜਵਾਨ ਹੋ ਜਾਂਦੀ ਹੈ। 12 ਮਹੀਨਿਆਂ 'ਚ ਦੋਂਦੀ ਲੱਗ ਜਾਂਦੀ ਹੈ ਅਤੇ 12 ਮਹੀਨਿਆਂ 'ਚ 14 ਮਹੀਨਿਆਂ 'ਚ ਦੋਂਦੀ ਲੱਗਦੀ ਹੈ। ਠੀਕ ਹੈ, ਅਤੇ ਤਕਰੀਬਨ ਉਹ ਸਾਲ ਉਸ ਅਰਸੇ ਦੇ ਵਿੱਚ ਬਣ ਜਾਂਦੀ, 12-13-14 ਮਹੀਨਿਆਂ ਦੇ ਦੌਰਾਨੀਏ ਦੇ ਵਿੱਚ ਬੱਕਰੀ ਕ੍ਰਾਸ ਹੋ ਜਾਣੀ ਚਾਹੀਦੀ, ਹੋ ਜਾਣੀ ਚਾਹੀਦੀ, ਅਤੇ ਉਹ ਫਿਰ ਜਿਹੜਾ ਬੱਚੇ ਅੱਛੇ ਦੇ ਦੀ ਉਹਦੀ ਗਰੋਥ 'ਤੇ ਨਹੀਂ ਰੁਕੇਗੀ, ਫਿਰ ਨਹੀਂ ਰੁਕਦੀ। ਠੀਕ ਹੈ, ਹਾਂਜੀ, ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਆਪਣਾ ਕੀ ਜਿਹੜਾ ਕਿ ਚਾਰਾ ਵਗੈਰਾ ਕੀ ਪਾ? ਭਾਅ ਜੀ ਬਾੜੀ ਚਾੜੀ ਦੀਆਂ ਨੇ ਕਣਕਾਂ, ਸਟਾਲੇ, ਪੱਤਲ, ਦਰੇਖ, ਕਿੱਕਰ, ਸ਼੍ਰੀ, ਪਿੱਪਲ। ਠੀਕ, ਮੈਂ ਦੇਖ ਲਿਆ ਤੁਹਾਡੇ ਕੋਲ ਇਹ ਖੁਰਲੀਆਂ ਵਗੈਰਾ ਵੀ ਹੈ ਨਹੀਂ? ਇਹ ਭਾਅ ਜੀ ਸਿਆਲ ਦੇ ਵਿੱਚ ਜੀ ਸਟਾਲੇ, ਕਣਕਾਂ ਜਦੋਂ ਮੁੱਲ ਲੈ ਕੇ ਪੱਤਲ, ਇਹਨਾਂ ਨੂੰ ਜਦੋਂ ਬਾਰਿਸ਼ ਬਰਸਾਤ ਹੋਣੀ ਹੈ, ਪੱਠੇ ਮੌਸਮ ਖਰਾਬ ਹੋਤਾ ਹੋਵੇ, ਜਦੋਂ ਨਾ ਬਾੜ ਨਿਕਲਦੀਆਂ ਹੋਣ ਤਾਂ ਫਿਰ ਲਿਆ ਪਹਾੜੀ ਦੇ, ਨਹੀਂ ਤੇ ਅਸੀਂ ਅਦਰਵਾਈਜ਼ ਚਰਾਈ ਕੀ ਕਰਵਾਉਣੀ ਬਾੜ? ਇਹਨਾਂ ਨੂੰ ਭਾਜੀ ਸਟਾਲੇ, ਕਣਕਾਂ, ਸਵਾਂਕ, ਬੂਟੀਆਂ ਛੂਟੀਆਂ, ਪਿੱਪਲ, ਸ਼੍ਰੀ, ਕਿੱਕੜ, ਬੇੜੀ, ਦਾਣੇ, ਜੋ ਕੁਝ ਵੀ ਹੈ ਇਹਨਾਂ ਨੂੰ ਚਾੜਨੇ ਆ ਜੀ।
ਅੱਛਾ ਸਰ ਘਰ ਕੋਈ ਚੀਜ਼ ਨਹੀਂ ਪਾਉਂਦੇ ਇਹਨਾਂ ਨੂੰ ਘਰ ਇਹਨਾਂ ਨੂੰ ਭਾਜੀ ਅੱਜ ਕੱਲ੍ਹ ਅਸੀਂ ਕੋਈ ਸ਼ੈ ਨਹੀਂ ਪਾਣੀ ਪੋਹ ਤੱਕ ਹੁਣ ਜਦੋਂ ਸਿਆਲ ਐਂਡ ਦੇ ਤੱਕ ਇਹਨਾਂ ਨੂੰ ਕੋਈ ਸ਼ੈ ਨਹੀਂ ਆਹ ਪਾਣੀ ਅਤੇ ਕਦੋਂ ਪਾਉਂਦੇ ਘਰ ਦੇ ਵਿੱਚ ਇਹਨਾਂ ਨੂੰ ਪੋਹ ਅਤੇ ਮਾਂਘ ਦੇ ਵਿੱਚ ਇਹਨਾਂ ਦੋ ਮਹੀਨਿਆਂ ਦੇ ਵਿੱਚ ਹੀ ਸ਼ੈ ਪਾਈ ਦੀ ਆ ਨਹੀਂ ਤਾਂ ਹੋਰ ਅਸੀਂ ਕਿਸੇ ਮੌਸਮ 'ਚ ਇਹਨਾਂ ਨੂੰ ਕੋਈ ਸ਼ੈ ਨਹੀਂ ਪਾਉਂਦੇ ਇਹਨਾਂ ਅੱਛਾ ਤੁਸੀਂ ਇੱਕ ਸਾਲ ਦੇ ਵਿੱਚ ਬੱਕਰੀਆਂ ਕੋਲ ਕਿੰਨੇ ਬੱਚੇ ਲੈਂਦੇ ਹੋ ਅਸੀਂ ਭਾਅ ਜੀ ਇਹਨਾਂ ਕੋਲ ਦੋ ਬੱਚੇ ਲੈਂਦੇ ਹਾਂ ਦੋ ਸੂਏ ਲੈਂਦੇ ਹਾਂ ਦੋ ਸੂਏ ਲੈਂਦੇ ਹੋ ਹਾਂਜੀ ਠੀਕ ਹੋ ਗਿਆ तो हम शाह साहब की बकरियां भी आपको दिखाते हैं। इनके पास माशाल्लाह काफ़ी अच्छी बकरियां हैं। ये मक्खी चीनी बकरी अमृतसर ये मक्खी चीनी का क्रास है। हम इनसे ये बात करते हैं। सर हम याद दसो कि नहीं एज होगी है जी कि नहीं दादी भाग ये देखन जे कुछ भी नहीं जे लगदी तो ये 400 सुई है फट हां बच्चे ने दे पिछले सुई दे 200-300 सुई दे बच्चे दे वे छड़े ने ਇਹ ਇਹ ਜਦੋਂ ਮੈਂ ਲਈ ਸੀ ਨਾ ਤੇ ਮੈਂ ਮੁੱਲ ਲਈ ਸੀ ਕਿੰਨੇ ਦੀ ਲਈ ਸੀ ਤੁਸੀਂ ਇਹ ਭਾਅ ਜੀ ਉਹਦੇ 33,000 ਦੀ ਲਈ ਸੀ 33,000 ਰੁਪਏ ਦੀ ਲਈ ਉਹ ਕਿੰਨੇ ਦੰਦ ਸੀ ਇਹ ਉਹਦੀ ਦੁੰਦੀ ਸੀ ਮੇਰਾ ਘਾੜਾ ਆ ਕੇ ਦੰਦ ਸੁੱਤੇ ਹਨ ਨੇ ਠੀਕ ਹੈ ਦੁੰਦੀ ਸੀ ਤੇ ਕ੍ਰਾਸ ਪਿੱਛੋਂ ਹੀ ਦੀ ਲੱਗੀ ਰਹੀ ਨਹੀਂ ਘਾੜਾ ਆ ਕੇ ਲਵਾਈ ਸਾਡੇ ਤੂੰ ਆਪਣੇ ਬੱਕਰੇ ਕੋਲ ਲਵਾਈ ਤੇ ਮਾਸ਼ਾਅੱਲਾ ਹੁਣ ਵੀ ਠੀਕ ਹੈ ਦੰਦ ਮੈਂ ਵੇਖੇ ਨੇ 4-5 ਸੁਵੇ ਲੈ ਨੇ ਹਜੇ ਜਵਾਨ ਨਹੀਂ ਲੱਗਦੀ ਹਾਂਜੀ ਤੇ ਇਹ ਉਹਦੇ ਬੱਚੇ ਨੇ ਹਾਂਜੀ ਠੀਕ ਹੋ ਗਿਆ ਵੇ ਅਗਰ ਤੁਸੀਂ ਇਹ ਸੇਲ ਅਗੂ ਇਹ ਬਣ ਗਈ ਕਿ ਨਹੀਂ ਭਾਜੀ ਕਰਾਸ ਹੈ 3 ਮਹੀਨਿਆਂ ਦੀ 3 ਮਹੀਨੇ ਦੀ ਕਰਾਸ ਹੋ ਗਈ ਪੱਕੀ ਗੱਬਣ ਤੁਸੀਂ ਕਨਫਰਮ ਅਗਰ ਕੋਈ ਬੰਦਾ ਆ ਜਾਂਦਾ ਵੇ ਕੋਈ ਲੈਣ ਵਾਸਤੇ ਤੁਹਾਡੇ ਕੋਲ ਆਪਣੇ ਇਲਾਕੇ ਦੇ ਜਾਂ ਸਿਆਲਕੋਟ ਦੇ ਇਲਾਕੇ ਦਾ ਤੁਹਾਡਾ ਇਨਸ਼ਾਅੱਲਾ ਨੰਬਰ ਵੀ ਅਸੀਂ ਐਂਟਰ ਤੇ ਦੇਵਾਂਗੇ ਹਾਂਜੀ ਤੇ ਸਾਨੂੰ ਦੱਸੋ ਤੁਸੀਂ ਸੇਲ ਕਰਨੀ ਹੋਵੇ ਦੋ ਬੱਚੇ ਤੇ ਇੱਕ ਬੱਕਰੀ ਆ ਬੱਕਰੀ ਦੁਬਾਰਾ ਵੀ ਗੱਬਣ ਤੁਸੀਂ ਕਨਫਰਮ ਕਰਕੇ ਦਿਓਗੇ ਭਾਜੀ ਪੱਕੀ ਗੱਬਣ ਬੱਕਰੀ ਫੰਡੜ ਹੋਏ ਤੇ ਜੋ ਚੋੜ ਦੀ ਸਜ਼ਾ ਸਾਡੀ ਸਜ਼ਾ ਠੀਕ ਹੋ ਗਿਆ ਤੇ ਨਾਲ ਅਗਰ ਇਕੱਲੀ ਲੈਣੀ ਹੋ ਤੇ ਫਿਰ ਬੱਕਰੀ ਕਿੰਨੇ ਦੀ ਅਗਰ ਦੋ ਬੱਚੇ ਲੈਣੇ ਹੋ ਤਾਂ ਬੱਚੀ ਦੇਲੀ ਲੈ ਲਾਵੇ ਨਹੀਂ ਦੋਵੇਂ ਲੈ ਲੈ ਜੀ ਦੋਵੇਂ ਲੈ ਲੈ ਹਾਂਜੀ ਐਲੇ ਲੈ ਇਨਸ਼ਾਅੱਲਾ ਅਗਲੀ ਵਾਰੀ ਕੁਰਬਾਨੀ ਤੇ ਵੀ ਲੱਗ ਜਾਣੇ ਲੱਗਣੇ ਠੀਕ ਹੈ ਅਗਰ ਇਕੱਲੀ ਬੱਕਰੀ ਲੈਣੀ ਹੋ ਤਾਂ ਬੰਦਾ ਤੁਸੀਂ ਕਿੰਨੀ ਜਾਨਾ ਪਿਆਰ ਮੁਹੱਬਤ ਕਰਕੇ ਦਿਓਗੇ ਜਿਸ ਤਰ੍ਹਾਂ ਤੁਸੀਂ ਆਖਿਆ ਕਿ ਕਾਫੀ ਤੁਸੀਂ ਲੋਕਾਂ ਦੀ ਵੀਡੀਓ ਵੀ ਬਣਵਾਉਂਦੇ ਹੋ ਸਾਰੇ ਲੋਕ ਝੂਠ ਬੋਲਦੇ ਜ਼ਿਆਦਾਤਰ ਝੂਠ ਬੋਲਦੇ ਭਾਜੀ ਸਾਰਾ ਹੀ ਝੂਠ ਹੁੰਦਾ 5 ਕਿਲੋ ਤੇ 7 ਕਿਲੋ ਆਇਆ ਤੁਹਾਡੇ ਕੋਲ ਅਸੀਂ ਆਏ ਆ ਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਜਾਣ ਲੋਕਾਂ ਦਾ ਜਿਹੜੇ ਵੀ ਲੋਕ ਤੁਹਾਡਾ ਰਾਬਤਾ ਕਰਨਗੇ ਤੁਸੀਂ ਪਿਆਰ ਮੁਹੱਬਤ ਕਰੋਗੇ ਤੁਹਾਡਾ WhatsApp ਨੰਬਰ ਵੀ ਲੋਕਾਂ ਦਾ ਤੁਹਾਡਾ WhatsApp ਨੰਬਰ ਵੀ ਦੇਵਾਂਗੇ ਫੋਨ ਨੰਬਰ ਵੀ ਦੇਵਾਂਗੇ ਸਾਨੂੰ ਸਰ ਤੁਸੀਂ ਇਹ ਦੱਸੋ ਕਿ ਖਾਲੀ ਬੱਕਰੀ ਕਿੰਨੀ ਦੋਗੇ ਦੋ ਲੇਲਿਆਂ ਦੇ ਸਮੇਤ ਕਿੰਨੀ ਦੋਗੇ ਭਾਜੀ ਬੱਚਿਆਂ ਦਾ 40,000 ਰੁਪਇਆ ਠੀਕ ਖਾਲੀ ਬੱਚਿਆਂ ਦਾ 40,000 ਖਾਲੀ ਬੱਕਰੀਆਂ ਦਾ ਬੱਚਿਆਂ ਦਾ 40,000 ਬੱਕਰੀ ਦਾ 55,000 ਬੱਕਰੀ ਦਾ 55,000 ਰੁਪਿਆ ਜੇ ਤੇ ਬੱਚਿਆਂ ਦਾ ਜੇ ਤੁਸੀਂ ਕਹਿ ਲਓ ਕਿ 90 ਦੇ ਅਗਰ ਤੁਸੀਂ 95,000 ਬੰਦਾ ਤੁਸੀਂ 90 ਦੇ ਵਿੱਚ ਜ਼ਰੂਰ ਕਰ ਲਓ ਕਰ ਦਿਆਂਗੇ ਭਾਜੀ ਠੀਕ ਹੋ ਗਿਆ ਤੇ ਅਗਰ ਇੱਕ ਬੱਚਾ ਲੈਣਾ ਹੈ ਤੇ 20,000 ਰੁਪਇਆ ਤੁਹਾਨੂੰ ਮਿਲੇਗਾ ਹਾਂਜੀ ਆਪਣੇ ਮਕੜੇ ਦਾ ਉਹ ਤੇਤਰੇ ਮਤਰੇ ਕੰਨ ਨੇ ਮਾਸ਼ਾਅੱਲਾ ਅੱਛੇ ਨੇ ਆਈਜ਼ ਵੀ ਅੱਛੀਆਂ ਨੇ ਠੀਕ ਹੈ ਕਿੰਨੀ ਦੇ ਦਿੰਦੇ ਜੀ ਭਾਈ ਆ ਕਿੰਨੀ ਦੇ ਅੱਡੋ ਕਿਨੇ ਹੋ ਗਏ 2.5 ਮਹੀਨੇ 2.5 ਮਹੀਨੇ ਮਾਸ਼ਾਅੱਲਾ ਠੀਕ ਹੈ 2.5 ਮਹੀਨੇ ਹੋ ਗਏ ਤੇ ਜੇ ਭਾਈ ਕੋਰ ਬੱਕਰੀ ਅੱਛੀ ਦਿਖਾਓ ਇਹ ਭਾਜੀ ਸਿਆਲਕੋਟੀ ਬੱਕਰੀ ਹੈ ਸਾਡੇ ਘਰ ਦੀ ਘਰ ਦੀ ਹੈ ਘਰ ਤੇ ਅਜੇ ਬੱਚਾ ਕਿੰਨੀ ਕਿੰਨੀ ਦੇ ਹੋਈ ਨੇ ਸੂਈ ਦਾ ਇਹ ਸੂਈ ਨੂੰ ਹੋ ਗਿਆ ਨਾ ਕੋਈ 3 ਮਹੀਨੇ ਤਿੰਨ ਤਬ ਸਾਨੂੰ ਇਹ ਦੱਸੋ ਕਿ ਇਹ ਬੱਕਰੀ ਮੈਂ ਦੰਦ ਦੇ ਮਾਸ਼ਾਅੱਲਾ ਦੇਖੇ ਨੇ ਕੁਝ ਵੀ ਲੋਕਾਂ ਨੇ ਵੀ ਦਿਖਾ ਦਿੰਨੇ ਆ ਦੁੰਦੀ ਲੱਗ ਗਈ ਜੀ ਠੀਕ ਹੈ ਹਾਂਜੀ ਭਾਜੀ ਤੇ ਇਹ ਕਿੰਨੀ ਦੇਰ ਦੀ ਗੱਬਾਂ ਨੇ ਇਹ ਭਾਜੀ 3 ਮਹੀਨਿਆਂ ਦੀ ਗੱਬਾਂ ਨੇ 3 ਮਹੀਨਿਆਂ ਦੀ 3 ਮਹੀਨਿਆਂ ਦੀ ਗੱਬਾਂ ਨੇ ਤੇ ਤਕਰੀਬਨ 2 ਮਹੀਨੇ ਲੈ ਗਈ ਸੁਣ ਤੇ ਹਾਂਜੀ 1.5 ਮਹੀਨਾ ਠੀਕ ਹੈ ਕੇਸ ਬਰੀ ਆ ਐਸ ਬੱਕਰੀ ਕੋਲ ਬਣੀ ਗਈ ਐਸੇ ਬੱਕਰੇ ਕੋਲ ਬਣੀ ਸਾਡੇ ਘਰ ਦਾ ਬੱਕਰਾ ਸਾਡੇ ਬਸ ਜਿੰਨੇ ਬੱਕਰੀਆਂ ਬਣੀ ਗਈਆਂ ਐਸੇ ਬੱਕਰੇ ਕੋਲ ਬਣੀ ਗਈਆਂ ਜਿੰਨੇ ਕੋਲ ਹਾਂਜੀ ਠੀਕ ਹੋ ਗਿਆ ਵੀ ਹਾਂਜੀ ਸਰ ਅਗਰ ਇਹ ਬੱਕਰੀ ਅਗਰ ਦੋਸਤਾਂ ਆ ਜਾਣ ਲੈਣੀ ਹੈ ਕੋਈ ਆਵੇ ਤੇ ਕਿੰਨੇ ਦੀ ਤੁਸੀਂ ਦੇ ਦੋਗੇ ਆ ਬੱਕਰੀ ਭਾਜੀ ਜਦੋਂ ਕੋਈ ਆਏਗਾ ਤਾਂ ਫੇਰ ਦੱਸੋ ਠੀਕ ਹੈ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਕੋਈ ਫੋਨ ਕਰੇਗਾ ਤੁਸੀਂ ਫੋਨ ਤੇ ਦੱਸ ਦਿਓ ਹਾਂਜੀ ਭਾਜੀ ਠੀਕ ਹੈ ਜੀ ਇਨਸ਼ਾਅੱਲਾ ਪਿਆਰ ਮੁਹੱਬਤ ਕਰਾਂਗੇ ਇਨਸ਼ਾਅੱਲਾ ਹੈ ਕਿ ਅਸੀਂ ਆਏ ਹਾਂ ਦੀ ਕਦਰ ਕਰੋਗੇ ਤੁਸੀਂ ਭਾਜੀ ਲੋਕਾਂ ਦਾ ਪਿਆਰ ਮੁਹੱਬਤ ਕਰੋਗੇ ਕਰਾਂਗੇ ਭਾਜੀ ਕਿਉਂ ਨਹੀਂ ਕਰਨੀ ਠੀਕ ਹੈ ਸਾਹਿਬਾਂ ਹੋਰ ਕੀ ਬੱਕਰੀ ਦਿਖਾ ਦਈਏ ਉਹ ਸਾਹਿਬਾਂ ਇਸ ਬਾਰੇ ਇਸ ਬੱਕਰੀ ਬਾਰੇ ਦੱਸੋ ਇਹ ਕਿੰਨੇ ਮਹੀਨੇ ਦੀ ਜਾਂ ਸੂਈ ਦੀ ਇਹ ਭਾਜੀ 2 ਮਹੀਨੇ ਹੋ ਗਏ ਨੇ 1.5-2 ਮਹੀਨੇ ਸੂਈ ਨੂੰ ਠੀਕ 1.5-2 ਮਹੀਨੇ ਹੋ ਗਏ ਸੂਈ ਹਾਂਜੀ ਤੇ ਕਿੰਨੇ ਸੂਏ ਸੂਈ ਦੀ ਅੱਗੇ ਇਹ ਭਾਜੀ ਮੇਰੇ ਘਰ ਤੇ 2 ਸੂਏ ਸੂਈ ਆ ਗਏ ਠੀਕ ਹੈ ਪਿੱਛੇ ਇਹ ਮੁੱਲ ਲਈ ਸੀ ਮੈਂ ਜੋ ਪਤਾ ਨਹੀਂ ਪਿੱਛੇ ਕਿੰਨੇ ਸੂਏ ਸੂਈ ਅਰੇ ਪਿੱਛੇ ਆ ਬੱਕਰੀ ਹਾਂਜੀ ਆ ਪਾਠੇ ਇਹ ਵੀ ਸਾਡੇ ਘਰ ਦਾ ਬੱਕੜਾ ਸੀ ਉਹਦੀ ਬੱਚੀ ਠੀਕ ਹੈ ਜਿਹੜਾ ਤੁਹਾਡਾ ਪਹਿਲਾਂ ਐਸ ਸੀ ਨਾ ਕਿ ਐਸ ਤੋਂ ਪਹਿਲਾਂ ਬੱਕੜਾ ਸੀ ਇਹਦੇ ਤੋਂ ਪਹਿਲਾਂ ਬੱਕੜਾ ਸੀ ਉਹੀ ਚੰਗਾ ਬੱਕੜਾ ਸੀ ਉਹ ਭਾਜੀ ਵੇਖ ਲਓ ਤੁਹਾਨੂੰ ਸਾਹਮਣੇ ਵੇਖ ਕੇ ਨਜ਼ਰ ਆਉਂਦਾ ਪਿਆ ਕਿ ਜੋ ਚੀਜ਼ ਹੈ ਠੀਕ ਹੈ ਤੇ ਸਰ ਇਹ ਵੀ ਸਾਰ ਸੇਲ ਹੀ ਵੇਚਣ ਵਾਸਤੇ ਭਾਜੀ ਜਿਹੜਾ ਕੋਈ ਪੜਾ ਵੇਖ ਕੇ ਲੈਣਾ ਚਾਹੇ ਤਾਂ ਦੇ ਸਕਾਂਗੇ ਠੀਕ ਹੋ ਗਿਆ
बकरे को बनी ठीक है व्यूअर्स, अगर कोई बंदा लेना चाहता है तो हम नंबर दे देंगे, व्हाट्सएप नंबर दे देंगे, जो भी भाई रब्ता करना चाहेगा इनसे रब्ता कर ले। इंशाल्लाह दो तीन जानवर हम इनके आपको और भी दिखाते हैं। ये इनके पास एक और बकरी है।